ਵਾਅਦਾ ਕਰਕੇ ਗਿਆ ਸਾਂ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਹੋਏ ਹਾਂ। ਇਸ ਧਰਤੀ 'ਤੇ ਅਸੀਂ ਤੁਹਾਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਉਣੇ ਨੇ, ਇਤਿਹਾਸ ਤੋਂ ਤੁਹਾਨੂੰ ਜਾਣੂ ਵੀ ਕਰਵਾਉਣਾ ਅਤੇ ਇਤਿਹਾਸਕ ਜਾਣਕਾਰੀ ਦੇਣ ਦੇ ਲਈ ਕੱਲ੍ਹ ਵੀ ਮੇਰੇ ਨਾਲ ਸਨ ਭਾਈ ਰਜਿੰਦਰ ਸਿੰਘ ਰਾਹੀ, ਗੁਰੂ ਘਰ ਦੇ ਕੀਰਤਨੀਏ ਜੋ ਇੱਥੋਂ ਦੇ ਜੰਪਲ ਨੇ, ਕਰੀਬ ਕਈ ਪੀੜ੍ਹੀਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿ ਰਹੇ ਨੇ ਅਤੇ ਅੱਜ ਅਸੀਂ ਤੁਹਾਡੇ ਨਾਲ ਕੀਤੇ ਹੋਏ ਵਾਅਦੇ ਦੇ ਉੱਪਰ ਪੂਰੇ ਉਤਰਦੇ ਹੋਏ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਪਹੁੰਚ ਚੁੱਕੇ ਹਾਂ। ਇਸ ਅਸਥਾਨ ਦੇ ਆਓ, ਮੈਂ ਤੁਹਾਨੂੰ ਦਰਸ਼ਨ ਵੀ ਕਰਵਾਵਾਂ। ਜਿੱਥੇ ਦਰਸ਼ਨ ਕਰਵਾਉਣੇ ਨੇ ਉੱਥੇ ਆਈਆਂ ਹੋਈਆਂ ਸੰਗਤਾਂ ਦੇ ਕੋਲੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਇਤਿਹਾਸ ਤੋਂ ਕਿੰਨੇ ਕੁ ਵਾਕਫ ਹੋ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤਾਂ ਵੀਰ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜਾਂ ਬਾਹਰੋਂ ਆਏ? ਨਹੀਂ, ਬਾਹਰੋਂ ਆਏ ਜੀ। ਬਾਹਰੋਂ ਕਿਹੜੀ ਜਗ੍ਹਾ ਤੋਂ ਆਏ? ਚੋਲਾ ਸਾਹਿਬ ਤੋਂ ਆਏ। ਚੋਲਾ ਸਾਹਿਬ ਤੋਂ ਆਏ ਹੋ? ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਆ ਰਹੇ ਹੋ? ਅਸੀਂ ਕਾਫੀ ਚਿਰ ਤੋਂ ਆ ਰਹੇ ਜੀ। ਹਾਂਜੀ ਹਾਂਜੀ। ਤੇ ਪਿੰਡ ਤੋਂ ਸੰਗਤ ਵੀ ਆਉਂਦੀ, ਇੱਥੇ ਲੰਗਰ ਲਾਉਂਦੇ ਹੋ? ਨਹੀਂ ਜੀ, ਅਸੀਂ ਲੰਗਰ ਲਾਉਂਦੇ ਹਾਂ, ਡਿਊਟੀ ਕਰਕੇ ਆਏ ਜੀ। ਜੀ ਜੀ ਜੀ। ਤੇ ਇੱਥੋਂ ਅਸੀਂ ਜਿੰਨੀ ਸੰਗਤ ਨਾਲ ਗੱਲਬਾਤ ਕਰਦੇ ਹਾਂ, ਸਾਨੂੰ ਹੋਲੇ ਮਹੱਲੇ ਦੇ ਇਤਿਹਾਸ ਤੋਂ ਬਹੁਤ ਘੱਟ ਜਾਣੂ ਕਰਵਾਇਆ ਜਾ ਰਿਹਾ ਹੈ। ਹੋਲੇ ਮਹੱਲੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਕਿਉਂ ਮਨਾਇਆ ਜਾਂਦਾ? ਮੇਰਾ ਟਾਈਮ ਹੋਇਆ ਦੇਖੋ, ਮੈਂ ਡਿਊਟੀ ਜਾਂਦੇ ਨਾ ਪੁੱਛੋ, ਹਾਂ ਦੱਸਾਂਗਾ। ਠੀਕ ਹੈ, ਮੈਂ ਡਿਊਟੀ ਜਾਂਦਾ ਇੰਸਪੈਕਟਰ। ਤਾਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਦੇ ਇਤਿਹਾਸ ਬਾਰੇ ਸਾਡੇ ਕਿਸੇ ਨੂੰ ਜਾਣਕਾਰੀ ਦਿਓ। ਕਮਾਲ ਦੀ ਗੱਲ ਹੈ ਕਿ ਜਦੋਂ ਵੀ ਅਸੀਂ ਹੋਲੇ ਮਹੱਲੇ ਦੀ ਜਾਣਕਾਰੀ ਦੀ ਗੱਲ ਕਰਦੇ ਹਾਂ ਤੇ ਸੰਗਤਾਂ ਕਹਿੰਦੀਆਂ ਜ਼ਰੂਰ ਨੇ, ਨੌਜਵਾਨ ਵੀ ਕਹਿੰਦੇ ਅਸੀਂ ਹੋਲਾ ਮਹੱਲਾ ਮਨਾਉਣ ਦੇ ਲਈ ਆਏ ਹਾਂ, ਪਰ ਜਦੋਂ ਅਸੀਂ ਪੁੱਛਦੇ ਹਾਂ ਵੀ ਸਾਨੂੰ ਇਤਿਹਾਸ ਦੱਸ ਦਿਓ, ਹੋਲੇ ਮਹੱਲੇ ਬਾਰੇ ਦੱਸ ਦਿਓ ਜਾਂ ਹੋਲੇ ਮਹੱਲੇ ਬਾਰੇ ਨਹੀਂ ਹੋਲੀ ਬਾਰੇ ਦੱਸ ਦਿਓ, ਤੇ ਫਿਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੰਦਾ। ਅਸੀਂ ਭੈਣਾਂ ਨੂੰ ਵੀ ਪੁੱਛਣ ਦਾ ਯਤਨ ਕਰਦੇ ਹਾਂ, ਵੀਰਾਂ ਨੂੰ ਵੀ ਪੁੱਛਣ ਦਾ ਯਤਨ ਕਰਦੇ ਹਾਂ। ਸਾਡੀ ਕੌਮ ਨੇ ਲੰਗਰ ਬਹੁਤ ਜ਼ਿਆਦਾ ਲਗਾਏ ਨੇ, ਜਗ੍ਹਾ ਜਗ੍ਹਾ ਦੇ ਉੱਪਰ ਅਨੇਕਾਂ ਸੰਪਰਦਾਵਾਂ ਵੱਲੋਂ, ਅਨੇਕਾਂ ਸੰਸਥਾਵਾਂ ਵੱਲੋਂ ਲੰਗਰ ਤੇ ਲਾਏ ਹੋਏ ਨੇ, ਪਰ ਇਤਿਹਾਸ ਹੋਲੇ ਮਹੱਲੇ ਦਾ ਬਹੁਤ ਘੱਟ ਦੱਸਣ ਦਾ ਇੱਕ ਯਤਨ ਕੀਤਾ ਜਾ ਰਿਹਾ। ਆਓ ਅਸੀਂ ਜਿੱਥੇ ਗੁਰੂ ਘਰ ਦੇ ਦਰਸ਼ਨ ਕਰਨੇ ਨੇ ਉੱਥੇ ਕਿਸੇ ਵੀਰਾਂ ਤੇ ਭੈਣਾਂ ਕੋਲੋਂ ਪੁੱਛਣ ਦਾ ਯਤਨ ਕਰੀਏ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੀ ਜਗ੍ਹਾ ਤੋਂ ਆਏ ਹੋ ਵੀਰ ਜੀ? ਅਸੀਂ ਬਟਾਲੇ ਤੋਂ ਆਏ, ਪੰਜਗਰੀਆਂ ਪਿੰਡ ਆ ਜੀ ਸਾਡਾ। ਬਟਾਲੇ ਤੋਂ ਆਇਓ, ਕਿੰਨੇ ਸਾਲਾਂ ਤੋਂ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਰਹੇ ਹੋ? ਤਕਰੀਬਨ ਕੋਈ 40 ਸਾਲ ਤੋਂ ਆ ਰਹੇ। 40 ਸਾਲਾਂ ਤੋਂ ਆ ਰਹੇ ਹੋ, ਹੋਲੇ ਮਹੱਲੇ 'ਤੇ ਆਉਂਦੇ ਹੋ ਕਿ ਅੱਗੇ ਪਿੱਛੇ ਵੀ ਆਉਂਦੇ ਹੋ? ਪਿੱਛੋਂ ਵੀ ਆਈਦਾ। ਤੇ ਸਾਨੂੰ ਜੇ ਅਸੀਂ ਕਹੀਏ ਵੀ ਸਾਡੇ ਦਰਸ਼ਕਾਂ ਨੂੰ ਹੋਲੇ ਮਹੱਲੇ ਬਾਰੇ ਜਾਣਕਾਰੀ ਦੇ ਦਿਓ, ਇਹ ਕਿਉਂ ਮਨਾਇਆ ਜਾਂਦਾ? ਇਹ ਗੁਰੂ ਗੋਬਿੰਦ ਸਿੰਘ ਮਨਾਇਆ ਜੀ, ਹੋਲਾ ਮਹੱਲਾ ਜੀ, ਤੇ ਉਦੋਂ ਤੇ ਚੱਲੀ ਜਾਂਦਾ ਜੀ। ਨਹੀਂ, ਚੱਲੀ ਤੇ ਜਾਂਦਾ, ਪਰ ਹੋਲੀ ਤੋਂ ਬਾਅਦ ਹੋਲਾ ਮਹੱਲਾ ਆਰੰਭ ਕੀਤਾ ਹੈ, ਇਹਦਾ ਕੋਈ ਕਾਰਨ ਸਾਨੂੰ ਦੱਸ ਦਿਓ। ਹੋਲੀ ਹਿੰਦੂਆਂ ਦੀ ਹੁੰਦੀ ਸੀ ਜੀ, ਤੇ ਗੁਰੂ ਗੋਬਿੰਦ ਸਿੰਘ ਨੇ ਹੋਲਾ ਮਹੱਲਾ ਉਹਦਾ ਬਣਾਇਆ ਜੀ। ਹੋਲੀ ਆਉਂਦੀ ਸੀ, ਹੋਲਾ ਮਹੱਲਾ ਆਰੰਭ ਕਰ ਦਿੱਤਾ, ਇਹ 'ਚ ਕੁਛ ਤੇ ਫਰਕ ਪਾਇਆ ਹੋਵੇਗਾ, ਕੁਛ ਐਸਾ? ਇਹਦੇ ਗੁਰੂ ਗੋਬਿੰਦ ਨੇ ਹਥਿਆਰਾਂ ਦੀ ਵਰਤੋਂ ਕੀਤੀ ਜੀ, ਘੋੜ ਦੌੜ ਕਰਾਈ, ਹਥਿਆਰ ਵਰਤੇ, ਉਹਨਾਂ ਨੇ ਹੋਲਾ, ਇਹਨੂੰ ਹੋਲੇ ਦਾ ਨਾਂ ਦੇ ਦਿੱਤਾ ਜੀ। ਚਲੋ, ਕਾਫੀ ਹੱਦ ਤੱਕ ਮੇਰੇ ਖਿਆਲ ਤੁਸੀਂ ਸਵਾਲ ਦਾ ਜਵਾਬ ਦੇਣ ਦਾ ਯਤਨ ਕੀਤਾ। ਭੈਣ ਜੀ, ਤੁਹਾਡੇ ਵਿੱਚੋਂ ਕੋਈ ਦੱਸੇਗਾ ਵੀ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ? ਤੁਹਾਡੇ ਵਿੱਚੋਂ ਕੋਈ ਜਵਾਬ ਦੇਗਾ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਜੀ? ਇਹਨਾਂ ਦੇ ਤੇ ਨਾ ਲਓ, ਪਰ ਨੌਜਵਾਨ ਬੜੇ ਆਏ ਨੇ, ਯੂਥ ਆਏ ਨੇ। ਵੀ ਜੀ, ਤੁਹਾਨੂੰ ਪਤਾ ਹੋਲਾ ਮਹੱਲਾ? ਤੁਹਾਨੂੰ ਪਤਾ ਜੀ? ਰਾਹੀ ਜੀ, ਬਹੁਤ ਘੱਟ ਸੰਗਤ ਸਾਡੇ ਸਵਾਲਾਂ ਦਾ ਜਵਾਬ ਦੇ ਰਹੀ ਹੈ। ਜੇ ਪੁੱਛੀਦਾ ਵੀ ਆਏ ਕਿਵੇਂ ਜੇ ਹੋਲਾ ਮਹੱਲਾ ਮਨਾਉਣ ਆਏ ਆ, ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ, ਇਹਦਾ ਇਤਿਹਾਸ ਕੀ ਹੈ, ਪਿਛੋਕੜ ਕੀ ਹੈ, ਇਹ ਸਾਨੂੰ ਕੋਈ ਨਹੀਂ ਦੱਸਦਾ, ਤੇ ਜਿੰਨਿਆਂ ਕਨੇ ਸਾਨੂੰ ਦੱਸਿਆ ਇਹਨਾਂ ਦੇ ਜਵਾਬਾਂ ਦੇ ਨਾਲ ਤੁਸੀਂ ਸੰਤੁਸ਼ਟ ਹੋ? ਮੈਂ ਮੱਖੋ ਜੀ, ਸਭ ਤੋਂ ਪਹਿਲਾਂ ਤਾਂ ਬੇਨਤੀ ਪਹਿਲਾਂ ਵੀ ਕੀਤੀ ਸੀਗੀ ਕੱਲ੍ਹ ਤੁਹਾਡੇ ਪਿਛਲੇ ਐਪੀਸੋਡ ਦੇ ਵਿੱਚ, ਸੰਗਤ ਨੂੰ ਜਿੱਥੇ ਇਤਿਹਾਸ ਦੀ ਗੱਲ ਦੀ ਕਰਦੇ ਹੋ, ਤੁਸੀਂ ਵੀ ਜੁੜੇ ਹੋ ਮੀਡੀਆ ਦੇ ਨਾਲ, ਤੁਸੀਂ ਵੀ ਸੰਗਤਾਂ 'ਚ ਵਿਚਰਦੇ ਹੋ, ਦਾਸ ਵੀ ਸੰਗਤਾਂ 'ਚ ਵਿਚਰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਵੀ ਹੁਣ ਇੱਥੇ ਆਪਾਂ ਇਸ ਚੀਜ਼ ਦੀ ਕਿਹਦੀ ਕਮੀ ਘਾਟ ਮਹਿਸੂਸ ਕਰਦੇ ਹਾਂ? ਮੀਡੀਆ ਦੀ ਕਮੀ ਨਹੀਂ ਹੈ, ਸੋਸ਼ਲ ਮੀਡੀਆ ਦੀ ਕਮੀ ਨਹੀਂ ਹੈ, ਪ੍ਰਚਾਰ ਦੀ ਕਮੀ ਨਹੀਂ ਹੈ, ਗੁਰਦੁਆਰਿਆਂ ਦੀ ਕਮੀ ਨਹੀਂ ਹੈ, ਪਰ ਇਤਿਹਾਸ ਬਾਰੇ ਸੰਗਤ ਨੂੰ ਨਹੀਂ ਪਤਾ। ਇਹਦੇ ਬਾਰੇ ਹੁਣ ਮੈਂ ਤੁਹਾਨੂੰ ਕਿਹਦਾ ਨਾਂ ਲਾਵਾਂ, ਇਹਦੇ ਬਾਰੇ ਤੁਸੀਂ ਭਲੀ ਭਾਤੀ ਹੋ ਜਾਣਦੇ ਹੋ ਕਿ ਸੰਗਤ ਬਹੁਤ ਜ਼ਿਆਦਾ ਆਏ, ਲੰਗਰ ਸਭ ਨੇ ਛਕਿਆ ਹੈ, ਸਾਰੇ ਦੂਰੋਂ ਦੂਰੋਂ ਆਏ, ਪਰ ਇਤਿਹਾਸ ਬਾਰੇ ਕਿਸੇ ਨੂੰ ਨੌਲੇਜ ਨਹੀਂ ਹੈ। ਮੈਂ ਬੇਨਤੀ ਕਰ, ਤੁਸੀਂ ਹੋਰ ਸੰਗਤ ਤੋਂ ਪੁੱਛੋ, ਹੋ ਜੇ ਆਪਾਂ ਫਿਰ ਇਹਦੇ ਬਾਰੇ ਬੈਠਾਂਗੇ, ਡਿਸਕਸ਼ਨ ਕਰਾਂਗੇ। ਦਰਸ਼ਕੋ, ਅਸੀਂ ਹੋਰ ਵੀਰਾਂ ਅਤੇ ਭੈਣਾਂ ਨੂੰ ਪੁੱਛਣ ਦਾ ਯਤਨ ਕਰਦੇ ਹਾਂ, ਪਰ ਜਿਸ ਦੇ ਅੱਗੇ ਮਾਈਕ ਕਰਦੇ ਨਹੀਂ, ਉਹ ਦੌੜ ਕੇ ਚਲਾ ਜਾ ਰਿਹਾ, ਪਤਾ ਨਹੀਂ ਕਿਉਂ ਐਸਾ ਹੋ ਰਿਹਾ। ਕੋਈ ਭੈਣ ਜਾਂ ਕੋਈ ਵੀਰ ਹੋਲੇ ਮਹੱਲੇ ਦਾ ਇਤਿਹਾਸ ਸਾਨੂੰ ਜਾਣੂ ਕਰਵਾਏਗਾ? ਵੀਰ ਜੀ, ਤੁਸੀਂ ਸਾਨੂੰ ਜਾਣਕਾਰੀ ਦਿਓਗੇ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਤਲਬ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੂਸਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਉੱਤੇ ਰੰਗ ਸੁੱਟ ਕੇ ਇੱਕ ਦੂਜੇ ਦੇ ਕੱਪੜੇ ਖਰਾਬ ਕਰਨੇ, ਜਾਂ ਮਤਲਬ ਕਿ ਕਿਸੇ ਦੀ ਜਿਸ ਤਰ੍ਹਾਂ ਕੱਪੜੇ ਖਰਾਬ ਕਰ ਲਓ ਰੰਗ ਸੁੱਟ ਕੇ, ਪਰ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਕਿਹਾ ਵੀ ਨਹੀਂ ਤੁਸੀਂ ਕੱਪੜੇ ਇੱਕ ਦੂਜੇ ਦੇ ਖਰਾਬ ਨਾ ਕਰੋ, ਮਤਲਬ ਕਿ ਤੁਹਾਨੂੰ ਹੋਲੀ ਤੋਂ ਇਲਾਵਾ ਤੁਹਾਨੂੰ ਹੋਲਾ ਮਹੱਲਾ ਮਤਲਬ ਕਿ ਮਨਾਉਣ ਵਾਸਤੇ ਦਿੰਦੇ ਹਾਂ, ਪਰੰਪਰਾਗਤ ਮਤਲਬ ਕਿ ਜਿਸ ਤਰ੍ਹਾਂ ਸੂਰਮਿਆਂ ਦੀ ਤਰ੍ਹਾਂ
ਨੇਜੇ ਘੋੜੇ ਸ਼ਸਤਰਾਂ ਦੇ ਨਾਲ ਮਨਾਊ ਜੰਗਾਂ ਯੁੱਧਾਂ ਵਿੱਚ ਜੂਝਣ ਵਾਸਤੇ। ਅਤੇ ਮਤਲਬ ਕਿ ਹੋਲੀ ਨੂੰ ਇੱਕ ਤਰ੍ਹਾਂ ਮਤਲਬ ਵੱਖਰਾ ਸਾਡੇ ਇੱਕ ਵੀਰ ਨੇ ਬੜੇ ਸੋਹਣੇ ਢੰਗ ਦੇ ਵਿੱਚ ਜਵਾਬ ਦੇਣ ਦਾ ਯਤਨ ਕੀਤਾ। ਕਾਫੀ ਹੱਦ ਤੱਕ ਅਸੀਂ ਵੀਰ ਦੇ ਜਵਾਬ ਤੋਂ ਸੰਤੁਸ਼ਟ ਵੀ ਹੋਏ ਹਾਂ ਵੀ ਹੋਲੀ ਸਦੀਆਂ ਤੋਂ ਮਨਾਈ ਜਾਂਦੀ ਹੁੰਦੀ ਸੀ, ਪਰ ਗੁਰੂ ਸਾਹਿਬ ਜੀ ਨੇ ਹੋਲੀ ਨੂੰ ਹੋਲੇ ਦੇ ਵਿੱਚ ਕਨਵਰਟ ਤਾਂ ਕੀਤਾ ਵੀ ਇਹ ਦੁਨਿਆਵੀ ਰੰਗ ਨਹੀਂ, ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਦਾ ਇਹ ਰੰਗ ਲਾਓ ਤਾਂ ਕਿ ਇਸ ਰੰਗ ਦੇ ਨਾਲ ਜੁਝਾਰੂਆਂ ਵਾਂਗੂ ਯੋਧਿਆਂ ਵਾਂਗੂ ਤੁਸੀਂ ਆਪਣੀ ਜ਼ਿੰਦਗੀ ਜੀਵੋ। ਇਸ ਕਰਕੇ ਵੀਰ ਨੇ ਸਵਾਲ ਦਾ ਜਵਾਬ ਦਿੱਤਾ, ਮੈਂ ਚਾਹਾਂਗਾ ਤੁਸੀਂ ਸਾਰੇ ਵੀਰ ਖੁਸ਼ੀ ਦੇ ਵਿੱਚ ਇੱਕ ਜਕਾਰਾ ਗਜਾਓ, ਬੋਲੇ ਸੋ ਨਿਹਾਲ। ਭੈਣਾਂ ਦੇ ਵਿੱਚੋਂ ਕੋਈ ਹੋਲੇ ਮਹੱਲੇ ਦੇ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਦੇ ਸਕਦੀ ਹੋਵੇ, ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਦਸਮੇਸ਼ ਪਾਤਸ਼ਾਹ ਜਿੱਥੇ ਆਤਮਿਕ ਬਲ ਨਾਲ ਸੰਗਤਾਂ ਨੂੰ ਜੋੜਦੇ ਸੀ, ਉੱਥੇ ਹੀ ਮਾਰਨ ਨੇ ਸਰੀਰਕ ਬਲ ਦਾ ਵੀ ਮਾਰਨ ਨੇ ਜੋੜ ਦਿੱਤਾ ਹੈ। ਅਤੇ ਜੋ ਉਸ ਸਮੇਂ ਪਿੰਡਾਂ 'ਚ ਕਬੱਡੀ ਵਗੈਰਾ ਖੇਡਾਂ ਖੇਡੀਆਂ ਜਾਂਦੀਆਂ ਸਨ, ਅਤੇ ਮਾਰਨ ਨੇ ਸੰਗਤਾਂ ਨੂੰ ਉਤਸ਼ਾਹ ਦਿੱਤਾ ਕਿ ਤੁਸੀਂ ਹੋਲੇ ਮਹੱਲੇ ਦੇ ਸਮੇਂ 'ਤੇ ਜਿਵੇਂ ਘੋੜ ਸਵਾਰੀ, ਦੌੜਾਂ, ਕੁਸ਼ਤੀ ਅਤੇ ਇਹ ਸਾਰਾ ਮਾਰਨ ਨੇ ਮਾਰਨ 'ਚ ਮੇਰੀਆਂ ਸੰਗਤਾਂ ਮਤਲਬ ਸਰੀਰਕ ਪੱਖੋਂ ਵੀ ਵਿਕਾਸ ਹੋਣ ਅਤੇ ਮਾਨਸਿਕ ਪੱਖੋਂ ਧਰਮ ਨਾਲ ਜੋੜਿਆ ਅਤੇ ਸਰੀਰਕ ਖੇਡਾਂ ਨਾਲ ਜੋੜਿਆ ਮਹਾਰਾਜ ਜੀ ਨੇ। ਭੈਣ ਜੀ ਧੰਨਵਾਦ, ਤੁਸੀਂ ਬਹੁਤ ਸੋਹਣਾ ਸਵਾਲ ਦਾ ਜਵਾਬ ਦਿੱਤਾ। ਜਕਾਰਾ ਗਜਾਇਆ ਜਾਵੇ, ਬੋਲੇ ਸੋ ਨਿਖਾਰ। ਸੋ ਦਰਸ਼ਕੋ, ਸਾਡੀਆਂ ਭੈਣਾਂ ਨੇ ਵੀ ਜਵਾਬ ਦੇਣੇ ਸ਼ੁਰੂ ਕੀਤੇ ਨੇ, ਸਾਡੇ ਵੀਰ ਵੀ ਜਵਾਬ ਦੇ ਰਹੇ ਨੇ, ਕੁਛ ਬਜ਼ੁਰਗਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਿਹੜੇ ਕਹਿੰਦੇ ਵੀ ਸਾਨੂੰ 40 ਸਾਲ ਹੋਏ ਨੇ, 50 ਸਾਲ ਹੋ ਗਏ ਨੇ, ਕਿ ਅੱਜ ਜੋ ਅਸੀਂ ਦੇਖ ਰਹੇ ਹਾਂ ਕਿ 40 ਸਾਲ ਪਹਿਲਾਂ ਵੀ ਇਸੇ ਪ੍ਰਕਾਰ ਸੀ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅੰਤਰ ਆਇਆ ਅਤੇ ਕੀ ਆਇਆ, ਸਮੇਂ ਦੇ ਮੁਤਾਬਕ ਆਇਆ ਜਾਂ ਸਾਡੀ ਸੋਚ ਦੇ ਮੁਤਾਬਕ ਆਇਆ, ਉਹਨਾਂ ਚੀਜ਼ਾਂ ਦੀ ਵੀ ਅਸੀਂ ਜਾਣਕਾਰੀ ਲੈਣੀ ਹੈ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਸਾਹਿਬ ਤੋਂ, ਤੇ ਤੁਸੀਂ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਹਰ ਵਾਰੀ ਆਉਂਦੇ ਹੋ? ਹਰ ਵਾਰੀ ਆਈਦਾ। ਕਿੰਨੇ ਸਾਲ ਹੋ ਗਏ ਤੁਹਾਨੂੰ ਆਉਂਦਿਆਂ? 88 ਦੇ ਆਉਂਦੇ ਆ। 88 ਦੇ ਆ ਰਹੇ ਹੋ, ਤੇ ਹੋਲੇ ਮਹੱਲੇ ਦਾ ਇਤਿਹਾਸ ਕੀ ਹੈ? ਇਤਿਹਾਸ ਇਸ ਕਲਗੀਆਂ ਵਾਲੇ ਮਹਾਰਾਜ ਨੇ ਉੱਥੇ ਹੋਲਗੜ ਹੋਲਾ ਖੇਡਿਆ ਸੀਗਾ, ਸਿੰਘਾਂ ਦੇ ਵਿੱਚ ਗੱਤਕਾ ਬਾਜੀ, ਨੇਜਾ ਬਾਜੀ, ਘੋੜ ਸਵਾਰ, ਹੱਥ ਸਵਾਰ ਮਹਾਰਾਜ ਲੈ ਕੇ ਮਹੱਲਾ, ਉਹ ਮਹੱਲਾ ਸੰਗਤਾਂ ਖੇਡਦੀਆਂ ਹੁੰਦੀਆਂ, ਅਜੇ ਤੱਕ ਉਹ ਮਰਜ਼ਾਦਾ ਚੱਲਦੀ ਆਉਂਦੀ, ਉਹ ਨਿਹੰਗ ਸਿੰਘਾਂ ਜਥੇਬੰਦੀਆਂ ਨੇ ਉਹ ਮਰਜ਼ਾਦਾ ਰੱਖੀਆਂ ਵਾ। ਵੀ ਸੰਤ ਅਤੇ ਸਿਪਾਹੀ ਵਾਲਾ ਜਿਹੜਾ ਕੰਸੈਪਟ ਉਹਨੂੰ ਕੰਪਲੀਟ ਕੀਤਾ ਜਾ ਰਿਹਾ, ਉਹ ਮਹਾਰਾਜ ਨੇ ਤਲਵਾਰ ਤੇ ਇਸੇ ਕਰਕੇ 28 ਵੀ ਨਾਲ ਸੰਤ ਵੀ ਦੇ ਨਾਲ ਸਿਪਾਹੀ ਵੀ। ਬਾਪੂ ਜੀ, ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੁਸੀਂ ਬੜੇ ਸੋਹਣੇ ਢੰਗ ਦੇ ਵਿੱਚ ਜਵਾਬ ਦਿੱਤਾ ਹੈ। ਦਰਸ਼ਕੋ, ਅਸੀਂ ਸੰਗਤਾਂ ਦੇ ਨਾਲ ਜਿਹੜੀਆਂ ਦੂਰ ਨੇੜੇ ਤੋਂ ਆਈਆਂ ਨੇ, ਇਹਨਾਂ ਦੇ ਨਾਲ ਵੀ ਸਵਾਲ ਜਵਾਬ ਕੀਤੇ ਨੇ, ਹੋਲੇ ਮਹੱਲੇ ਦਾ ਇਤਿਹਾਸ ਪੁੱਛਣ ਦਾ ਯਤਨ ਕੀਤਾ, ਕਿੰਨੀ ਦੇਰ ਤੋਂ ਆ ਰਹੇ ਹੋ, ਕਿਹੜੇ ਨਗਰਾਂ ਤੋਂ ਆ ਰਹੇ ਹੋ, ਲੰਗਰਾਂ ਦਾ ਜ਼ਿਕਰ ਵੀ ਕਰਦੇ ਨੇ, ਕੁਝ ਸਾਡੇ ਵੀਰ ਇਤਿਹਾਸ ਸਾਨੂੰ ਦੱਸ ਕੇ ਵੀ ਜਾਂਦੇ ਨੇ। ਠੀਕ ਹੈ, ਜਿਹੜੇ ਸਾਡੇ ਵੀਰ ਇਤਿਹਾਸ ਦੱਸਣਗੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ, ਪਰ ਜਿਹੜੇ ਸਾਨੂੰ ਇਤਿਹਾਸ ਨਹੀਂ ਦੱਸ ਸਕਦੇ, ਅਸੀਂ ਹਰ ਹੀਲਾ ਕਰਾਂਗੇ ਕਿ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ, ਉਹ ਅਸੀਂ ਕੈਮਰੇ ਦੇ ਰਾਹੀਂ ਵੀ ਕਰਵਾਵਾਂਗੇ, ਵਿਦਵਾਨ ਸੱਜਣ ਭਾਈ ਰਜਿੰਦਰ ਸਿੰਘ ਰਾਹੀ ਵਰਗਿਆਂ ਦੀ ਰਸਨਾ ਤੋਂ ਵੀ ਅਸੀਂ ਇਤਿਹਾਸ ਤੋਂ ਜਾਣੂ ਹੋਵਾਂਗੇ। ਵੀਰ ਜੀ, ਸਾਡੇ ਹੁਣ ਬਜ਼ੁਰਗਾਂ ਨੇ ਵੀ ਜਵਾਬ ਦਿੱਤਾ ਅਤੇ ਸਾਡੀਆਂ ਭੈਣਾਂ ਵੀ ਬੋਲੀਆਂ ਨੇ, ਕਿਉਂਕਿ ਕੱਲ੍ਹ ਆਪਾਂ ਨੂੰ ਦੇਖਿਆ ਸੀ ਕਿ ਭੈਣਾਂ ਮਾਈਕ ਤੋਂ ਦੂਰ ਜਾ ਰਹੀਆਂ ਸੀ, ਅੱਜ ਥੋੜ੍ਹਾ ਹੌਂਸਲਾ ਕਰਕੇ ਮਾਈਕ ਦੇ ਨੇੜੇ ਆ ਰਹੀਆਂ ਨੇ ਔਰ ਸਾਨੂੰ ਜਵਾਬ ਦਿੰਦੀਆਂ ਨੇ, ਇਹਨਾਂ ਦੇ ਜਵਾਬਾਂ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ? ਮੱਖੂ ਜੀ, ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ, ਭੈਣ ਜੀ ਨੇ ਬੜਾ ਵਧੀਆ ਜਵਾਬ ਦਿੱਤਾ ਅਤੇ ਬੜੀ ਖੁਸ਼ੀ ਵੀ ਹੋਈ ਹੈ ਵੀ ਚਲੋ ਕੋਈ ਤਾਂ ਸਾਨੂੰ ਮਿਲਿਆ ਆਂਸਰ ਦੇਣ ਵਾਲਾ। ਦੂਸਰੀ ਗੱਲ ਇਹ ਆ, ਜਿੱਥੇ ਉਹਨਾਂ ਨੇ ਗੱਲ ਕੀਤੀ ਹੈ ਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ, ਮੈਂ ਆਪ ਜੀ ਨੂੰ ਪਿਛਲੇ ਐਪੀਸੋਡ ਦੇ ਵਿੱਚ ਵੀ ਗੱਲ ਕੀਤੀ ਸੀਗੀ, ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਧਿਆਤਮਿਕ ਤੌਰ 'ਤੇ ਸੰਗਤ ਦੀ ਜੋ ਗੁਰਬਾਣੀ ਦੀ ਸੇਵਾ ਆਪਣੇ ਅੰਦਰੂਨੀ ਤਰੀਕੇ ਨਾਲ ਕਰ ਰਹੇ ਸੀਗੇ, ਉਹਨਾਂ ਦੇ ਅਕੋਰਡਿੰਗ ਜਦੋਂ ਉਹਨਾਂ ਦਾ ਸੀਸ ਜੋ ਹੋਇਆ, ਐਡੇ ਅਦੁੱਤੀ ਜੋ ਸ਼ਹਾਦਤ ਉਹਨਾਂ ਨੇ ਦਿੱਤੀ ਹੈ ਸਿੱਖ ਕੌਮ ਵਾਸਤੇ ਜਾਂ ਸਾਰੇ ਸਮਾਜ ਵਾਸਤੇ, ਉਹਨਾਂ ਤੋਂ ਬਾਅਦ ਜੋ ਦਸਮ ਪਾਤਸ਼ਾਹ ਨੇ ਦੇਖਿਆ ਵੀ ਸਾਡੀ ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਸਾਡਾ ਸਿੰਘਾਂ ਦਾ ਵਿਕਾਸ ਨਹੀਂ ਹੋ ਰਿਹਾ, ਅਧਿਆਤਮਿਕ ਤੌਰ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਜੋਤ ਜਲਾਈ ਉਹ ਸਾਡੇ ਅੰਦਰ ਜਗ ਚੁੱਕੀ ਹੈ, ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਅਦੁੱਤੀ ਜੋ ਕੁਰਬਾਨੀ ਹੈ ਚਾਂਦਨੀ ਚੌਂਕ ਦਿੱਲੀ ਵਿੱਚ ਹੋਈ ਹੈ, ਮੈਂ ਤੁਹਾਨੂੰ ਆਪ ਜੀ ਨੂੰ ਪਿਛਲੀ ਵਾਰੀ ਵੀ ਰਿਪੀਟ ਕਰਾਇਆ ਸੀਗਾ, ਜਦੋਂ ਦਸਮ ਪਾਤਸ਼ਾਹ ਜਾਂ ਜਦੋਂ ਸੀਸ ਪਹੁੰਚਿਆ ਸ਼੍ਰੀ ਅਨੰਦਪੁਰ ਸਾਹਿਬ ਭਾਈ ਜੈਤਾ ਜੀ ਲੈ ਕੇ ਜਿਸ ਸਥਾਨ 'ਤੇ ਆਪਾਂ ਖੜ੍ਹੇ ਹਾਂ ਅੱਜ ਇੱਥੇ ਪਹੁੰਚਿਆ, ਅਤੇ ਦਸਮ ਪਾਤਸ਼ਾਹ ਨੇ ਕੁਝ ਸੰਗਤ ਨੂੰ ਸਵਾਲ ਕੀਤੇ, ਉਹ ਸਵਾਲਾਂ ਬਾਰੇ ਮੈਂ ਤੁਹਾਡੇ ਥੋੜ੍ਹੇ ਚਾਨਣਾ ਪਾਉਣਾ, ਵੈਸੇ ਤੁਸੀਂ ਵਿਦਵਾਨ ਹੋ ਗੁਣੀ ਗਿਆਨ ਸਭ ਜਾਣਦੇ ਹੋ, ਦਸਮ ਪਾਤਸ਼ਾਹ ਨੇ ਸਿੰਘਾਂ ਨੂੰ ਪੁੱਛਣਾ ਕੀਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਹੋਇਆ ਚਾਂਦਨੀ ਚੌਂਕ ਦੇ ਵਿੱਚ, ਦੱਸ ਰਹੇ ਹੋ ਵੀ ਉਸ ਟਾਈਮ ਜੋ ਕਿਤਨੀ ਪਬਲਿਕ ਸੀ, ਕਿਤਨੀ ਸੰਗਤ ਸੀ, ਤਾਂ ਸਿੰਘਾਂ ਨੇ ਗੁਰੂ ਸਾਹਿਬ ਸੰਗਤ ਬਹੁਤ ਜ਼ਿਆਦਾ ਸੀ, ਦਸਮ ਪਾਤਸ਼ਾਹ ਨੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਕਹਿੰਦੇ ਗੁਰੂ ਸਾਹਿਬ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਸਭ ਦੇਖ ਰਹੇ ਸੀਗੇ, ਉਹਨਾਂ ਨੇ ਪੁੱਛਿਆ ਵੀ ਕਿੰਨੀ ਪਬਲਿਕ, ਕਹਿੰਦੇ ਹਜ਼ਾਰਾਂ ਦੀ ਚੌਂਕ ਭਰਿਆ ਹੋਇਆ ਸੀ ਗੁਰੂ ਸਾਹਿਬ ਜੀ, ਪਰ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਦਸਮ ਪਾਤਸ਼ਾਹ ਨੇ ਬੇਸਿਕਲੀ ਉੱਥੋਂ ਇੱਕ ਗੁੜਤੀ ਦਿੰਦੇ ਹੋਏ ਸਿੱਖਾਂ ਨੂੰ ਕਿਹਾ ਕਿ ਅੱਜ ਆਪਾਂ ਇੱਕ ਐਸੀ ਕੌਮ ਦੀ ਉਹ ਸਥਾਪਨਾ ਕਰਨੀ ਹੈ
ਜਿਹੜੀ ਇਹ ਬਲਿਦਾਨ ਦਿੱਤਾ ਮੇਰੇ ਪਿਤਾ ਜੀ ਨੇ ਜਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਉੱਥੋਂ ਇੱਕ ਵੱਡੀ ਸਿੱਖ ਕੌਮ ਦੀ ਜਿਹੜੀ ਹੈਗੀ ਉਹ ਬੂਟਾ ਜੋ ਮੇਰੇ ਹਿਸਾਬ ਦੇ ਨਾਲ ਉੱਥੋਂ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਹੈ, ਐਸੀ ਕੌਮ ਬਣਾਈ। ਤੁਹਾਡੇ ਕਹਿਣ ਤੋਂ ਭਾਵ ਕਿ ਜਿਹੜੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਬਚਨ ਕਹੇ ਸੀ ਉਹ ਇਸੇ ਸਥਾਨ ਤੋਂ ਹੀ ਕਹੇ ਸਨ? ਜੋ ਦਸਮ ਪਾਤਸ਼ਾਹ ਨੇ ਬਚਨ ਕੀਤੇ ਸੀ ਵੀ ਜੋ ਮਾਨਸਿਕ ਤੌਰ 'ਤੇ ਤਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੋ ਬਾਣੀ ਸੰਗਤ ਪੜ੍ਹਦੀ ਹੈ ਪਰ ਸਰੀਰਕ ਤੌਰ 'ਤੇ ਜੋ ਸਾਡੀ ਨਹੀਂ ਜੁੜੀ ਹੈ, ਉਹਨਾਂ ਨੇ ਇਸੇ ਨੂੰ ਰੱਖ ਦਿੱਤਾ। ਸਿੱਖੀ ਦਾ ਜੋ ਬੂਟਾ ਹੈ ਜੋ ਪਹਿਲਾਂ ਆਪਾਂ ਕਹਿ ਸਕਦੇ ਹਾਂ ਬੀ ਹੈ, ਉਹ ਇਸ ਚੀਜ਼ ਨੂੰ ਸ਼ਹੀਦੀ ਨੂੰ ਲੈ ਕੇ ਮੁੱਖ ਰੱਖਦੇ ਹੋਏ ਸ਼ੁਰੂ ਕੀਤਾ। ਅਤੇ ਇਸ ਸਥਾਨ ਦੇ ਉੱਪਰ ਭਾਈ ਜੈਤਾ ਜੀ ਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਏ ਸਨ? ਬਿਲਕੁਲ ਜੀ ਬਿਲਕੁਲ, ਭਾਈ ਜੈਤਾ ਜੀ ਬੜੀ ਸ਼ੱਦੋ ਸ਼ਹਿਰ ਦੇ ਮੁਤਾਬਕ ਉਹਨਾਂ ਸਮਿਆਂ ਦੇ ਵਿੱਚ ਇੱਥੇ ਪਹੁੰਚੇ, ਗੁਰੂ ਸਾਹਿਬ ਦਾ ਸੀਸ ਲੈ ਕੇ ਪਹੁੰਚੇ ਹੈ। ਜੋ ਸਥਾਨ ਤੁਸੀਂ ਦੇਖ ਰਹੇ ਗੁਰਦੁਆਰਾ ਸੀਸਗੰਜ ਸਾਹਿਬ, ਉਹ ਇਸ ਤੋਂ ਪਹਿਲਾਂ ਇਸ ਨੂੰ ਵੱਡਾ ਦਰਬਾਰ ਕਿਹਾ ਜਾਂਦਾ ਸੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੱਡਾ ਦਰਬਾਰ ਲੱਗਦਾ ਸੀਗਾ ਇੱਥੇ ਸੀਸ ਲੈ ਕੇ ਜੋ ਮਹਾਰਾਜ ਚਾਂਦਨੀ ਚੌਂਕ ਦਿੱਲੀ ਤੋਂ ਇੱਥੇ ਪਹੁੰਚੇ ਸੀ। ਆਓ ਆਪਾਂ ਉਹਨਾਂ ਦੇ ਦਰਸ਼ਨ ਕਰੀਏ। ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਨਤਮਸਤਕ ਹੋਏ ਹਾਂ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ, ਕਿਉਂਕਿ ਬਹੁਤਾਤ ਸੰਗਤ ਨੇ ਦਿੱਲੀ ਦੀ ਧਰਤੀ ਦੇ ਉੱਪਰ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਜਦੋਂ ਵੀ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਗੱਲ ਚੱਲਦੀ ਹੈ ਤਾਂ ਸੰਗਤਾਂ ਦਾ ਜਿਹੜਾ ਧਿਆਨ ਹੈ ਉਹ ਦਿੱਲੀ ਦੀ ਧਰਤੀ 'ਤੇ ਚਲਾ ਜਾਂਦਾ ਹੈ। ਅਸੀਂ ਅੱਜ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਗੁਰਦੁਆਰਾ ਸੀਸਗੰਜ ਸਾਹਿਬ ਇਕੱਲਾ ਦਿੱਲੀ ਦੀ ਧਰਤੀ ਦੇ ਉੱਪਰ ਨਹੀਂ ਹੈ, ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਵੀ ਹੈ, ਆਪਾਂ ਜਿੱਥੇ ਹੁਣ ਦਰਸ਼ਨ ਦੀਦਾਰ ਕੀਤੇ ਨੇ। ਵੀਰੇ ਜੀ, ਤੁਸੀਂ ਇੱਥੇ ਦਰਸ਼ਨ ਦੀਦਾਰ ਕਰਨ ਦੇ ਲਈ ਆਏ ਹੋ, ਜਿਸ ਜਗ੍ਹਾ 'ਤੇ ਖੜ੍ਹੇ ਆ ਇੱਥੋਂ ਦਾ ਇਤਿਹਾਸ ਕੀ ਹੈ? ਵੇਖੋ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ, ਸਮੁੱਚੀ ਮਾਨਵਤਾ ਦੀ ਚਾਦਰ, ਭਾਵੇਂ ਕਿ ਹਿੰਦ ਦੀ ਚਾਦਰ ਕਿਹਾ ਜਾਂਦਾ ਪਰ ਸਮੁੱਚੀ ਮਨੁੱਖਤਾ ਦੀ ਚਾਦਰ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਰੇ ਸੰਸਾਰ ਲਈ ਇੱਕੋ ਜਿਹਾ ਪਿਆਰ ਦਿੱਤਾ, ਜਿਸ ਤਰ੍ਹਾਂ ਇੱਕ ਮਾਂ ਜਿਹੜੀ ਆ ਆਪਣੇ ਚਾਰ ਬੱਚੇ ਹੋਣ ਅਤੇ ਚੌਂ ਬੱਚਿਆਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਸਮਝਦੀ, ਅਤੇ ਅਕਾਲ ਪੁਰਖ ਦੀ ਵੀ ਰੀਤ ਇਹ ਹੈ ਅਤੇ ਅਕਾਲ ਪੁਰਖ ਦਾ ਰੂਪ ਨੇ ਸਾਡੇ ਗੁਰੂ ਸਾਹਿਬ। ਅਤੇ ਇਸ ਕਰਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਇੱਥੇ ਸੀਸ ਦਾ ਜਿਹੜਾ ਅੰਤਮ ਸੰਸਕਾਰ ਹੋਇਆ, ਅਤੇ ਉਸ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਉੱਥੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਏ ਦਿੱਲੀਓਂ ਅਤੇ ਉੱਥੇ ਕੋਈ ਸਿੱਖ ਨਹੀਂ ਸੀ ਨਜ਼ਰ ਆ ਰਿਹਾ ਜਾਂ ਇਸ ਤਰ੍ਹਾਂ ਕਰਕੇ, ਪਰ ਗੁਰੂ ਸਾਹਿਬ ਨੇ ਫਿਰ ਉੱਥੇ ਇਹ ਗੱਲ ਇੱਥੇ ਆਣ ਕੇ ਇਹ ਵੀ ਗੱਲ ਕਹੀ ਸੀ ਕਿ ਮੈਂ ਐਸਾ ਖਾਲਸਾ ਪੰਥ ਸਾਜੂੰਗਾ ਜਿਹੜਾ ਲੱਖਾਂ ਦੇ ਵਿੱਚ ਜਿਹੜਾ ਪਛਾਣਿਆ ਜਾਊਗਾ, ਉਹਦੀ ਵੱਖਰੀ ਪਛਾਣ ਹੋਊਗੀ, ਵੱਖਰਾ ਰੂਪ ਹੋਊਗਾ, ਵੱਖਰਾ ਰੰਗ ਹੋਊਗਾ ਖਾਲਸੇ ਦਾ। ਇੱਥੇ ਇਹੋ ਸ਼ਬਦ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ 'ਚ ਕਹੇ ਮਹਾਰਾਜ। ਹਾਂਜੀ, ਇੱਥੋਂ ਦਾ ਇਤਿਹਾਸ ਹੈ, ਇਹ ਇਤਿਹਾਸ ਹੈ ਜੀ। ਸਤਿ ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ। ਬਹੁਤ ਆਦ ਸੰਗਤ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਦੇ ਰਹੀ, ਪਰ ਤੁਸੀਂ ਸਵਾਲਾਂ ਦੇ ਜਵਾਬ ਸਾਨੂੰ ਦਿੱਤੇ ਨੇ ਔਰ ਜਿਸ ਸਥਾਨ 'ਤੇ ਖੜ੍ਹੇ ਆ ਇੱਥੋਂ ਦੇ ਇਤਿਹਾਸ ਬਾਰੇ ਵੀ ਸਾਨੂੰ ਜਾਣੂ ਕਰਵਾਇਆ। ਦਰਸ਼ਕੋ, ਇੱਕ ਜਕਾਰਾ ਗਜਾਇਆ ਜਾਵੇ, ਬੋਲੇ ਸੋ ਨਿਹਾਲ। ਵੀਰ ਜੀ ਤੁਹਾਡਾ ਸ਼ੁਭ ਨਾਮ ਕੀ ਹੈ? ਸੁਖਵੀਰ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਤਰਨ ਤਾਰਨ ਸਾਹਿਬ ਤੋਂ ਆਏ ਜੀ। ਤੁਸੀਂ ਹਰ ਹੋਲਾ ਮਹੱਲਾ ਸਾਹਿਬ ਤੇ ਆਉਂਦੇ ਹੋ ਕਿ ਅੱਗੇ ਪਿੱਛੇ ਵੀ ਆ ਜਾਂਦੇ ਹੋ? ਅੱਗੇ ਪਿੱਛੇ ਵੀ ਆਉਂਦੇ ਹਾਂ, ਹੋਲਾ ਮਹੱਲਾ ਸਾਹਿਬ ਦੇ ਵੀ ਆਉਂਦੇ ਹਾਂ। ਤੇ ਹੋਲੇ ਮਹੱਲਾ ਸਾਹਿਬ ਦਾ ਇਤਿਹਾਸ ਕੀ ਹੈ? ਵੇਖੋ ਵੀਰ ਜੀ, ਹੋਲੀ ਜਿਹੜੀ ਹੈ ਨਾ, ਹੋਲਕਾਂ ਦੇ ਨਾਂ ਤੋਂ ਚੱਲੀ ਹੈ ਸਨਾਤਨ ਮਤ ਦੇ ਵਿੱਚ,
ਤੇ ਲੋਕ ਇੱਕ ਦੂਜੇ ਤੇ ਰੰਗ ਸੁੱਟਦੇ ਆ, ਕਈ ਤਰ੍ਹਾਂ ਦੀਆਂ ਕੁਰੀਤੀਆਂ ਵੀ ਹੋ ਜਾਂਦੀਆਂ, ਕਈ ਬਹੁਤ ਮਾੜਾ ਕਰਦੇ, ਇੱਕ ਦੂਜੇ ਦੇ ਨਾਲ ਲੜਾਈ ਝਗੜਾ ਵੀ ਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਖਾਲਸੇ ਨੂੰ ਵੇਖਿਆ, ਇਹਨਾਂ ਦਿਨਾਂ ਦੇ ਵਿੱਚ ਸਤਿਗੁਰਾਂ ਨੇ ਵੇਖਿਆ ਸ਼ਸਤਰ ਧਰੀ ਸਾਡਾ ਖਾਲਸਾ ਹੈ, ਅਤੇ ਮਹਾਰਾਜ ਨੇ ਹੋਲੀ ਦਾ ਨਾਂ ਹੋਲਾ ਮਹੱਲਾ ਰੱਖ ਦਿੱਤਾ। ਹੋਲੇ ਦਾ ਅਰਥ ਬਣਦਾ ਹੱਲਾ ਕਰਨਾ, ਮਹੱਲੇ ਦਾ ਅਰਥ ਉਹ ਜਗ੍ਹਾ। ਸਤਿਗੁਰਾਂ ਨੇ ਇੱਕ ਜਗ੍ਹਾ ਨੀਯਤ ਕਰਕੇ ਅਤੇ ਉੱਥੇ ਫਿਰ ਸਿੱਖਾਂ ਨੂੰ ਕਿਹਾ ਵੀ ਘੋੜ ਦੌੜ ਅਤੇ ਸ਼ਸਤਰ ਵਿਦਿਆ ਦੇ ਜ਼ੋਰ ਵਿਖਾਓ, ਕੋਈ ਤੀਰ ਅੰਦਾਜ਼ੀ ਵਿਖਾਉਂਦਾ। ਮਹਾਰਾਜ ਨੇ ਆਖਿਆ ਸਰੀਰ ਕਰਕੇ ਬਲਵਾਨ ਹੋ, ਜਿਸ ਕਰਕੇ ਸਮੁੱਚੀ ਮਾਨਵਤਾ ਦੀ ਤੁਸੀਂ ਰੱਖਿਆ ਕਰ ਸਕੋ, ਕਿਉਂਕਿ ਤੁਸੀਂ ਖਾਲਸਾ ਹੋ ਅਤੇ ਸਿੰਘ ਹੋ, ਸ਼ੇਰ ਹੋ। ਅਤੇ ਇੱਥੇ ਮਹਾਰਾਜ ਨੇ ਹੋਲੇ ਮਹੱਲੇ ਦੇ ਵਿੱਚ ਸਿੱਖਾਂ ਨੂੰ ਕਿਹਾ ਹੈ ਕਿ ਵੱਧ ਤੋਂ ਵੱਧ ਚੜ੍ਹਦੀ ਕਲਾ ਦੇ ਨਾਲ ਅਤੇ ਸਰੀਰਕ ਬਲ ਵੀ ਹੋਵੇ ਅਤੇ ਤੁਹਾਡੀ ਸੋਚ ਵੀ ਚੰਗੀ ਹੋਵੇ, ਇੱਕ ਦੂਜੇ ਦੇ ਉੱਤੇ ਰੰਗ ਨਾ ਸੁੱਟੋ ਅਤੇ ਆਪਣੇ ਅੰਦਰ ਨਾਮ ਦਾ ਰੰਗ ਭਰੋ। ਬਾਣੀ ਸੁਣ ਕੇ ਲਾਲ ਰੰਗ ਤਿਸ ਕੋ ਲੱਗਾ, ਜਿਸਕੇ ਵਡਭਾਗਾ ਮੈਲਾ ਕਦੇ ਹੋਵੇ ਨਾ ਲਾਗੇ ਦਾਗਾ। ਪਰ ਜਿਵੇਂ ਆਪਾਂ ਗੱਲ ਕੀਤੀ ਰੰਗ ਦੀ, ਵੀ ਗੁਰੂ ਸਾਹਿਬ ਜੀ ਨੇ ਸਾਨੂੰ ਅੰਦਰ ਦੇ ਰੰਗ ਨਾਲ ਰੰਗਿਆ, ਪਰ ਅੱਜ ਅਸੀਂ ਇੱਥੇ ਵੀ ਦੇਖਦੇ ਪਏ ਹਾਂ ਹੋਲੇ ਮਹੱਲੇ 'ਤੇ ਇੱਕ ਦੂਜੇ 'ਤੇ ਰੰਗ ਪਾਇਆ ਜਾ ਰਿਹਾ। ਵੇਖੋ ਜੀ, ਰੰਗ ਜਿਹੜੀ ਇਹ ਰੀਤੀ ਪੁਰਾਣੀ ਚੱਲੀ ਆਈ, ਜਿਹਨਾਂ ਨੂੰ ਨਹੀਂ ਸਮਝ, ਗੁਰਮਤ ਨੂੰ ਨਹੀਂ ਸਮਝਦੇ ਜਿਹੜੇ ਲੋਕ, ਉਹ ਇੱਕ ਦੂਜੇ ਦੇ ਉੱਤੇ ਰੰਗ ਸੁੱਟੀ ਜਾਂਦੇ ਆ, ਪਰ ਗੁਰਮਤ ਦੇ ਵਿੱਚ ਇਹ ਗੱਲ ਨਹੀਂ ਹੈ। ਸਤਿਗੁਰਾਂ ਨੇ ਇਸ ਗੱਲ ਤੋਂ ਵਰਜਿਆ। ਮਹਾਰਾਜ ਨੇ ਘੋੜ ਦੌੜ, ਸ਼ਸਤਰ ਵਿਦਿਆ ਅਤੇ ਗਤਕਾਬਾਜ਼ੀ, ਇਹ ਆਪਾਂ ਨੂੰ ਗੁਣ ਦਿੱਤੇ ਨੇ ਹੋਲੇ ਮਹੱਲੇ ਦੇ ਉੱਤੇ, ਜਿਹੜੀਆਂ ਦਾਤਾਂ ਬਖਸ਼ੀਆਂ ਨੇ, ਇਹਨਾਂ ਦਾ ਹੀ ਇੱਥੇ ਜਿਹੜਾ ਜਾਹੋ ਜਲਾਲ ਵਿਖਾਉਣਾ ਚਾਹੀਦਾ ਅਤੇ ਰੰਗ ਨਹੀਂ ਸੁੱਟਣਾ ਚਾਹੀਦਾ। ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ, ਤੁਸੀਂ ਹੋਲੇ ਮਹੱਲੇ ਦਾ ਸਾਨੂੰ ਬੜੇ ਸੋਹਣੇ ਢੰਗ ਦੇ ਵਿੱਚ ਜਵਾਬ ਦਿੱਤਾ ਹੈ। ਸੰਗਤ ਜੀ, ਇਸੇ ਖੁਸ਼ੀ ਦੇ ਵਿੱਚ ਜਕਾਰਾ ਗਜਾਇਆ ਜਾਵੇ, ਬੋਲੇ ਸੋ ਨਿਹਾਲ। ਦਰਸ਼ਕੋ, ਆਪਾਂ ਜਿਸ ਪਾਵਨ ਅਸਥਾਨ ਤੇ ਅੱਜ ਸੰਗਤ ਜੀ ਨੇ ਦਰਸ਼ਨ ਕੀਤੇ ਨੇ ਔਰ ਅਸੀਂ ਅੱਜ ਖੜੇ ਹਾਂ, ਇਹ ਉਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਹੈ। ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਵਾਂ, ਇੱਕ ਦਿੱਲੀ ਦੀ ਧਰਤੀ ਤੇ ਗੁਰਦੁਆਰਾ ਸੀਸਗੰਜ ਸਾਹਿਬ ਹੈ, ਇੱਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਗੁਰਦੁਆਰਾ ਸੀਸਗੰਜ ਸਾਹਿਬ ਹੈ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਤੇ ਦਿੱਲੀ ਦੀ ਧਰਤੀ ਤੋਂ ਭਾਈ ਜੈਤਾ ਜੀ ਸੀਸ ਲੈ ਕੇ ਇਸ ਪਾਵਨ ਧਰਤੀ ਤੇ ਪਹੁੰਚੇ ਸਨ। ਤੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਜਦੋਂ ਸੰਗਤ ਨੂੰ ਦੇਖਿਆ ਵੀ ਸੰਗਤ ਬੜੇ ਵੈਰਾਗ ਦੇ ਅੰਦਰ ਹੈ, ਸੰਗਤ ਵੈਰਾਗ ਦੇ ਅੰਦਰ ਹੈ, ਤੇ ਮੇਰੇ ਮਾਲਕ ਨੇ ਜਿੱਥੇ ਭਾਣੇ ਵਿੱਚ ਰਹਿਣ ਦੀ ਗੱਲ ਕੀਤੀ, ਉੱਥੇ ਮੇਰੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਇਹ ਬੋਲ ਕਹੇ ਸਨ, ਇਹ ਬਚਨ ਕਹੇ ਸਨ। ਪਾਤਸ਼ਾਹ ਜੀ ਕਹਿੰਦੇ ਜੈਤਿਆ, ਸੰਗਤ ਨੇ ਖਾਹ ਦਾ ਨਾਅਰਾ ਭਰਿਆ ਹੋਣਾ। ਕਹਿਣ ਲੱਗੇ, ਪਾਤਸ਼ਾਹ ਭਰਿਆ ਵੀ ਹੋਵੇਗਾ, ਪਰ ਕੀ ਪਛਾਣ ਹੈ ਕਿ ਤੇਰੇ ਸਿੱਖ ਦੀ? ਮੇਰੇ ਮਾਲਕ ਕਹਿੰਦੇ, ਫਿਰ ਇੱਕ ਆ ਚੀਜ਼ ਯਾਦ ਰੱਖਣਾ, ਮੈਂ ਐਸਾ ਖਾਲਸਾ ਸਾਜਾਂਗਾ ਲੱਖਾਂ ਦੇ ਵਿੱਚੋਂ ਪਛਾਣਿਆ ਜਾਵੇਗਾ। ਪਰ ਚੇਤਾ ਰੱਖਿਆ ਜੇ, ਇਕੱਲਾ ਬਾਣੇ ਕਰਕੇ ਨਹੀਂ, ਆਪਣੀ ਸੋਚ ਕਰਕੇ ਵੀ ਪਛਾਣਿਆ ਜਾਵੇਗਾ। ਜੇ ਸਾਡੀ ਸੋਚ ਸਨਾਤਨ ਰਹਿ ਜਾਵੇਗੀ, ਸਾਡੇ ਖਿਆਲਾਂ ਦੇ ਅੰਦਰ ਉਹੀ ਹਿੰਦੂ ਮਤ ਆ ਜਾਣਗੇ, ਤੇ ਫਿਰ ਖਾਲਸੇ ਦਾ ਵਖਰੇਵਾਂ ਕੀ ਰਹਿ ਗਿਆ? ਜੇ ਉਸੇ ਪ੍ਰਕਾਰ ਅਸੀਂ ਹੋਲੀ ਨੂੰ ਹੀ ਮਨਾਉਣਾ ਹੈ, ਉਸੇ ਪ੍ਰਕਾਰ ਅਸੀਂ ਰੰਗ ਹੀ ਪਾਉਣੇ ਨੇ, ਤੇ ਫਿਰ ਹੋਲੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਨਵਰਟ ਕਿਉਂ ਕੀਤਾ? ਇਸ ਕਰਕੇ ਸਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣੇ ਚਾਹੀਦੇ ਨੇ। ਬੜੇ ਸੋਹਣੇ ਢੰਗ ਦੇ ਵਿੱਚ ਵੀਰ ਜੀ ਨੇ ਦੱਸਿਆ ਵੀ ਜਿਨ੍ਹਾਂ ਨੂੰ ਸੋਝੀ ਹੈ ਉਹ ਤੇ ਇੱਕ ਦੂਸਰੇ ਦੇ ਉੱਪਰ ਰੰਗ ਨਹੀਂ ਪਾਉਂਦੇ, ਪਰ ਜਿਨ੍ਹਾਂ ਨੂੰ ਸੋਝੀ ਨਹੀਂ ਹੈ ਉਹ ਅੱਜ ਵੀ ਇੱਕ ਦੂਸਰੇ ਦੇ ਉੱਪਰ ਰੰਗ ਪਾਉਂਦੇ ਨੇ। ਅਸੀਂ ਖਾਲਸਈ ਜਾਹੋ ਜਲਾਲ ਦੇ ਅੰਦਰ ਵਿਚਰਨਾ, ਜਿਹੜਾ ਨੈਤਿਕਤਾ ਦਾ ਪਾਠ ਕਲਗੀਧਰ ਪਿਤਾ ਮਹਾਰਾਜ ਜੀ ਨੇ ਪੜਾਇਆ, ਸਾਨੂੰ ਸਨਾਤਨ ਰੰਗਤ ਵਿੱਚੋਂ ਕੱਢ ਕੇ ਸਾਨੂੰ ਇੱਕ ਵੱਖਰੀ ਕੌਮ, ਇੱਕ ਵੱਖਰੀ ਸੋਚ ਦਿੱਤੀ ਹੈ, ਅੱਜ ਸਾਨੂੰ ਉਹਦੇ ਮੁਤਾਬਕ ਜ਼ਰੂਰ ਚੱਲਣਾ ਚਾਹੀਦਾ, ਤਾਂ ਕਿ ਅਸੀਂ ਇਹ ਗੱਲ ਕਹਿ ਸਕੀਏ ਕਿ ਖਾਲਸਾ ਇੱਕ ਵੱਖਰੀ ਪਹਿਚਾਣ ਹੈ, ਇੱਕ ਨਿਆਰੀ ਕੌਮ ਹੈ। ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਜਵਾਬ ਨੇ, ਮੈਨੂੰ ਲੱਗਦਾ ਵੀ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਮਿਲ ਗਏ ਹੋਣੇ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਕਾਫੀ ਸੰਗਤਾਂ ਦੇ ਨਾਲ ਸਵਾਲ ਜਵਾਬ ਵੀ ਕੀਤੇ ਨੇ ਔਰ ਪੁੱਛਣ ਦਾ ਯਤਨ ਵੀ ਕੀਤਾ ਵੀ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ, ਤੁਸੀਂ ਕਦੋਂ ਤੋਂ ਆ ਰਹੇ ਹੋ। ਸਾਡੀਆਂ ਭੈਣਾਂ ਵੀ ਨੇ ਕੋਸ਼ਿਸ਼ ਕਰਦੇ ਆ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ ਪੁੱਛਣ ਦਾ ਯਤਨ ਕਰਦੇ ਆ ਵੀ ਕਦੋਂ ਤੋਂ ਆਉਂਦੇ ਹੋ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਤੁਸੀਂ ਕਿਹੜੇ ਨਗਰ ਤੋਂ ਜੇ? ਅਸੀਂ ਘੱਗਾ ਨਗਰ ਤੋਂ ਆਉਂਦੇ, ਕਪੂਰਥਲੇ ਜ਼ਿਲ੍ਹੇ ਚੋਂ। ਕਪੂਰਥਲੇ ਜ਼ਿਲ੍ਹੇ ਤੋਂ ਆਉਂਦੇ ਹੋ, ਤੇ ਕਿੰਨੀ ਦੇਰ ਤੋਂ ਮਾਤਾ ਜੀ ਤੁਸੀਂ ਆ ਰਹੇ ਹੋ? ਸਾਨੂੰ ਕੋਈ ਹੋ ਗਿਆ ਹੁਣ 40 ਸਾਲ ਹੋ ਗਏ। 40 ਸਾਲ ਹੋ ਗਏ। ਤੇ ਮਾਤਾ ਜੀ, ਜਿਵੇਂ ਹੋਲੀ ਸਾਰੇ ਮਨਾਉਂਦੇ ਨੇ, ਹੋਲਾ ਮਹੱਲਾ ਗੁਰੂ ਘਰ ਦੇ ਵਿੱਚ ਆਪਾਂ ਕਿਸੇ ਨੂੰ ਵੀ ਪੁੱਛ ਦਈਏ ਅਨੰਦਪੁਰ ਸਾਹਿਬ ਕਿਵੇਂ ਗਏ ਸੀ, ਕਹਿੰਦੇ ਹੋਲਾ ਮਹੱਲਾ ਮਨਾਉਣ। ਦਰਸ਼ਕੋ, ਇਹ ਵੀ ਸਾਰਿਆਂ ਨੂੰ ਪਤਾ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਹੋਲਾ ਮਹੱਲਾ ਅਨੰਦਪੁਰ ਦਾ ਕਿਹਾ ਜਾਂਦਾ ਹੈ। ਮਾਤਾ ਜੀ, ਹੋਲਾ ਮਹੱਲਾ ਕਿਹਾ ਜਾਂਦਾ, ਪਰ ਹੋਲੇ ਮਹੱਲੇ ਦਾ ਇਤਿਹਾਸ ਕੀ ਹੈ? ਗੁਰੂ ਸਾਹਿਬ ਜੀ ਨੇ ਕਿਉਂ ਸ਼ੁਰੂ ਕੀਤਾ? ਮਹਾਰਾਜ ਨੇ ਜੰਗ ਯੁੱਧ ਕੀਤੇ ਸੀ, ਇਹਨਾਂ ਦਾ ਕਰਕੇ ਉਹ ਉਸ ਚਾਲ ਤੇ ਸਿੱਖ ਚੱਲਦੇ ਆ। ਹਾਂਜੀ, ਕਹਿਣ ਤੋਂ ਭਾਵ ਤਿਆਰੀਆਂ ਕਰਵਾਈਆਂ ਸੀ, ਤਿਆਰੀਆਂ ਕਰਵਾਈਆਂ ਸੀ ਵੀ ਏਦਾਂ ਤੁਸੀਂ ਕਰਿਆ ਕਰੋ, ਮੇਰਾ ਖਾਲਸਾ ਇੱਥੇ ਆਇਆ ਕਰੂਗਾ ਤੇ ਹੋਦਾ ਮੰਦਾ ਮਨਾਇਆ ਕਰੂਗਾ। ਜਿਵੇਂ ਮਾਤਾ ਜੀ, ਤੁਸੀਂ 40 ਸਾਲ ਪਹਿਲਾਂ ਆਉਂਦੇ ਹੁੰਦੇ ਸੀ, ਤੇ ਉਦੋਂ ਤੇ 40 ਸਾਲਾਂ ਬਾਅਦ, ਕਿਉਂਕਿ ਸਾਡੀ ਤੇ ਇੰਨੀ ਉਮਰ ਵੀ ਹੈ ਨਹੀਂ, ਤੁਸੀਂ ਦੱਸ ਦਿਓ ਵੀ 40 ਸਾਲ ਪਹਿਲਾਂ ਆਉਂਦੇ ਸੀ, 40 ਸਾਲ ਪਹਿਲਾਂ ਤੇ 40 ਸਾਲਾਂ ਬਾਅਦ ਤੁਸੀਂ ਕਿੰਨਾ ਕੁ ਫਰਕ ਸਮਝਦੇ ਪਏ ਹੋ ਹੋਲੇ ਮਹੱਲੇ ਮਨਾਉਣ ਦੇ ਦੌਰਾਨ? ਬਹੁਤ ਜ਼ਿਆਦਾ ਫਰਕ ਹੈ ਜੀ। ਉਦਾਹਰਨ ਵਜੋਂ ਕੀ ਫਰਕ ਹੈ?
ਸਿੱਖ ਬਹੁਤ ਜ਼ਿਆਦਾ ਆਉਂਦੇ ਆ ਅਤੇ ਮਨਾਉਂਦੇ ਵੀ ਚੰਗਾ ਹੈ ਅਤੇ ਨਿਹੰਗ ਸਿੰਘ ਜਿਹੜੇ ਉਹ ਗੱਤਕਾ ਖੇਡਦੇ ਆ ਅਤੇ ਅਸਤਬਾਜ਼ੀ ਚਲਾਉਂਦੇ ਆਪਣੇ ਜਿੱਦਾਂ ਉਹਨਾਂ ਦੇ ਅਭਿਆਸ ਉਹਨਾਂ ਦਾ ਆਪਣਾ ਅਭਿਆਸ ਕਰਦੇ ਆ ਅਤੇ ਤੁਸੀਂ ਸਾਰਾ ਪ੍ਰੋਗਰਾਮ ਦੇਖ ਕੇ ਜਾਂਦੇ ਹੋ ਅੱਗੇ ਦੇਖ ਕੇ ਜਾਈਦਾ ਸੀ ਹੁਣ ਨਹੀਂ ਜਾ ਹੁੰਦਾ ਵਿੱਚ ਹੁਣ ਅੱਗੇ ਮਹੱਲਾ ਵੇਖਣ ਨਹੀਂ ਜਾ ਹੁੰਦਾ ਹੁਣ ਤੁਹਾਡੇ ਕਹਿਣ ਤੋਂ ਭਾਵ ਕਿ ਅੱਗੇ ਭੀੜ ਘੱਟ ਹੁੰਦੀ ਸੀ ਹੁਣ ਭੀੜ ਜ਼ਿਆਦਾ ਹੈ ਹੁਣ ਅੱਗੇ ਨਾਲ ਜ਼ਿਆਦਾ ਹੀ ਹੈ ਜੀ ਹਾਂਜੀ ਹਾਂਜੀ ਹੁਣ ਬਹੁਤ ਭੀੜ ਆ ਅਤੇ ਹੁਣ ਸਿੱਖੀ ਦਾ ਪ੍ਰਭਾਵ ਜ਼ਿਆਦਾ ਨਾ ਧੰਨਵਾਦ ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਹੜੇ ਨਗਰ ਤੋਂ ਆਏ ਹੋ ਰਾਜੋਗਾਂ ਦਾ ਜੀ ਰਾਜੋਕੇ ਨਗਰ ਤੋਂ ਆਏ ਹੋ ਧੰਨਵਾਦ ਜੀ ਤੁਹਾਡਾ ਅਤੇ ਵੀਰ ਜੀ ਹੋਲਾ ਮਹੱਲਾ ਤੁਸੀਂ ਨਾਮ ਸੁਣਿਆ ਹੋਲਾ ਮਹੱਲਾ ਮਨਾਉਣ ਆਏ ਹੋ ਇਹਦਾ ਪਿਛੋਕੜ ਕੀ ਹੈ ਸ਼ੁਭ ਨਾਮ ਕੀ ਹੈ ਅੰਗਰੇਜ਼ ਸਿੰਘ ਤੇ ਬਜ਼ੁਰਗੋ ਹੋਲੇ ਮਹੱਲੇ ਦਾ ਇਤਿਹਾਸ ਕੀ ਹੈ ਇਤਿਹਾਸ ਜੋ ਵੀ ਇਹਦੀ ਸਿਫਤ ਹੋਵੇ ਨਾ ਉਨੀ ਸਿਫਤ ਤੋਂ ਸਿਫਤ ਹੀ ਨਹੀਂ ਕਹੀ ਜਾਂਦੀ ਜੋ ਦਸਵੇਂ ਪਾਤਸ਼ਾਹ ਦੀ ਕੁਰਬਾਨੀ ਦਾ ਕਾਰਨ ਉਸ ਤਰ੍ਹਾਂ ਅੱਜ ਜਿਹੜੀਆਂ ਸੰਗਤਾਂ ਹੈ ਇਸ ਅਨੰਦਪੁਰ ਦੇ ਹੋਲੇ 'ਤੇ ਆਈਆਂ ਨੇ ਜਿੰਨੀ ਵੀ ਆਖੀਏ ਉਨੀ ਵੀ ਉਹਦੀ ਬਲਕਿ ਸਿਫਤ 'ਤੇ ਜਿੰਨੀ ਕਹੀਏ ਉਨੀ ਥੋੜ੍ਹੀ ਹੈ ਪਰ ਇਹਦਾ ਪਿਛੋਕੜ ਕੀ ਹੈ ਕਿਉਂ ਮਨਾਇਆ ਜਾਂਦਾ ਹੋਲਾ ਮਹੱਲਾ ਕੀ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਵਿਆਹ ਹੋ ਰਿਹਾ ਗੁਰਮੁਖਾਂ ਨੇ ਆਪਣੇ ਢੰਗ ਦੇ ਵਿੱਚ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋ ਰਿਹਾ ਪਰ ਅਸਲ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਜਾਣ ਚੁੱਕੇ ਹਾਂ ਵੀ ਹੋਲਾ ਮਹੱਲਾ ਕੀ ਹੈ ਅਤੇ ਮੇਰੇ ਖਿਆਲ ਦੇ ਵਿੱਚ ਦਰਸ਼ਕਾਂ ਨੂੰ ਅਸੀਂ ਦੱਸਣ ਦਾ ਯਤਨ ਔਰ ਪ੍ਰਯਾਸ ਵੀ ਕੀਤਾ ਔਰ ਸਾਧ ਸੰਗਤ ਅੱਜ ਜਿੱਥੇ ਤੁਸੀਂ ਇਸ ਇਤਿਹਾਸ ਤੋਂ ਵਾਕਿਫ ਹੋਏ ਹੋ ਇਸ ਪਾਵਨ ਪਵਿੱਤਰ ਅਸਥਾਨ ਜਿੱਥੇ ਭਾਈ ਜੈਤਾ ਜੀ ਬੜੇ ਵਿਖੜੇ ਰਾਹਾਂ ਦੇ ਵਿੱਚੋਂ ਸੀਸ ਲੈ ਕੇ ਪਹੁੰਚੇ ਸੰਸਕਾਰ ਹੋਇਆ ਕਲਗੀਧਰ ਪਿਤਾ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਐਸੇ ਬੋਲ ਕਹੇ ਜਿਨ੍ਹਾਂ ਨੇ ਸਿੱਖਾਂ ਦੇ ਅੰਦਰ ਜਜ਼ਬਾ ਭਰ ਦਿੱਤਾ ਆਪਾਂ ਸਾਰੇ ਇਤਿਹਾਸ ਤੋਂ ਵਾਕਫ ਹੋਏ ਹਾਂ ਅੱਜ ਆਪਾਂ ਇਸ ਗੁਰੂ ਘਰ ਦੇ ਦਰਸ਼ਨ ਕੀਤੇ ਨੇ ਕੱਲ੍ਹ ਕਿਲ੍ਹਾ ਫਤਿਹਗੜ੍ਹ ਸਾਹਿਬ ਜਾਵਾਂਗੇ ਹੋਰ ਸਾਰੇ ਕਿਲ੍ਹਿਆਂ ਦੇ ਤੁਹਾਨੂੰ ਦਰਸ਼ਨ ਦੀਦਾਰੇ ਕਰਵਾਵਾਂਗੇ ਔਰ ਜਾਣਾਂਗੇ ਵੀ ਕਲਗੀਧਰ ਪਿਤਾ ਮਹਾਰਾਜ ਜੀ ਨੇ ਇਹ ਸਾਰੇ ਜਿਹੜੇ ਕਿਲ੍ਹੇ ਸੀ ਇਹ ਕਿਉਂ ਬਣਵਾਏ ਸੀ ਇਹਦੇ ਪਿੱਛੇ ਮੇਨ ਕਾਰਨ ਕੀ ਸੀ ਔਰ ਕੋਸ਼ਿਸ਼ ਕਰਾਂਗੇ ਕੱਲ੍ਹ ਵੀ ਸਾਡੇ ਨਾਲ ਰਜਿੰਦਰ ਸਿੰਘ ਰਾਹੀ ਜੀ ਇਤਿਹਾਸ ਦੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਹੋਣਗੇ ਭਾਈ ਸਾਹਿਬ ਇਸ ਤਰ੍ਹਾਂ ਚਲੋ ਥੋੜ੍ਹਾ ਜਿਹਾ ਹੋਲੇ ਮਹੱਲੇ ਦੇ ਅਕੋਰਡਿੰਗ ਸਾਡੀ ਡਿਊਟੀ ਲੱਗੀ ਹੋਈ ਹੈ ਗੁਰਬਾਣੀ ਕੀਰਤਨ ਸੰਗਤਾਂ ਨੂੰ ਨਿਹਾਲ ਕਰਨਾ ਹੈ ਕੱਲ੍ਹ ਮੈਂ ਕੋਸ਼ਿਸ਼ ਕਰਾਂਗਾ ਜੇ ਮੈਂ ਇੱਦਾਂ ਸਮਾਂ ਦੇ ਸਕਾਂ ਕਿ ਸਿੱਖ ਕੌਮ ਦਾ ਮਸਲਾ ਹੈ ਸਾਡੀ ਪੰਥ ਦਾ ਮਸਲਾ ਹੈ ਜਿੰਨੀ ਮੈਂ ਸੇਵਾ ਕਰ ਸਕਾਂ ਮੈਂ ਪੂਰਾ ਰਿਣੀ ਰਹਾਂਗਾ ਕੋਸ਼ਿਸ਼ ਜ਼ਰੂਰ ਕਰਾਂਗਾ ਪਰ ਮੈਂ ਬੇਨਤੀ ਜਿੰਨਾ ਵੀ ਹੋ ਸਕਿਆ ਬਾਅਦ ਤੁਹਾਡਾ ਅਕਾਲ ਚੈਨਲ ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦੇ ਕੇ ਇਤਿਹਾਸ ਦੀ ਜਾਣਕਾਰੀ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਦਿੱਤੀ ਹੈ ਦਰਸ਼ਕੋ ਕੋਸ਼ਿਸ਼ ਕਰਾਂਗੇ ਜੇ ਰਜਿੰਦਰ ਸਿੰਘ ਰਾਹੀ ਜੀ ਕੱਲ੍ਹ ਸਾਡੇ ਨਾਲ ਹੋਣਗੇ ਬਹੁਤ ਵਧੀਆ ਜੇ ਕੱਲ੍ਹ ਸਾਡੇ ਨਾਲ ਨਾ ਵੀ ਹੋਏ ਤਾਂ ਅਸੀਂ ਤੁਹਾਨੂੰ ਇਤਿਹਾਸ ਦੀਆਂ ਬਰੀਕੀਆਂ ਤੋਂ ਜ਼ਰੂਰ ਜਾਣੂ ਕਰਵਾਉਂਦੇ ਰਹਾਂਗੇ ਸੰਗਤਾਂ ਦੇ ਵਿਊਜ਼ ਜਿਹੜੇ ਨੇ ਉਹ ਵੀ ਤੁਹਾਨੂੰ ਇਹਦੇ ਨਾਲ ਸਾਂਝੇ ਕਰਵਾਵਾਂਗੇ ਸਵਾਲ ਜਵਾਬ ਦਾ ਸਿਲਸਿਲਾ ਵੀ ਇਸੇ ਪ੍ਰਕਾਰ ਚੱਲਦਾ ਰਹੇਗਾ ਦੇਖਦੇ ਰਹੋ ਵਿਸ਼ੇਸ਼ ਪ੍ਰੋਗਰਾਮ ਹੋਲਾ ਮਹੱਲਾ ਅਕਾਲ ਚੈਨਲ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ My husband Jim, he used to plan and put money aside for everything, bless him. Presents for the grandkids, household bills. But the one thing we never saved for was his funeral. Well, you don't, do you? I wish we had, though.